ਕਲਾ ਆਪਣੇ ਆਪ ਦੇ ਵਿੱਚ ਕੋਈ ਮਤਲਬ ਬਹੁਤ ਵੱਡੇ ਕੋਈ ਮਾਇਨੇ ਨਹੀਂ ਰੱਖਦੀ ਜਿੰਨੀ ਦੇਰ ਤੱਕ ਉਹਦਾ ਸੰਬੰਧ ਇੱਕ ਜਾਂ ਗੂੜਾ ਰਿਸ਼ਤਾ ਸਿਆਸਤ ਨਾਲ ਨਹੀਂ ਬਣਦਾ। ਮੈਂ ਬਤੌਰ ਕਲਾਕਾਰ ਇਹ ਸਮਝਦਾ ਕਿ ਇਹ ਲੜਾਈ ਨਾ ਤਾਂ ਜੱਟਾਂ ਦੀ ਲੜਾਈ ਹੈ ਨਾ ਸਿੱਖਾਂ ਦੀ ਲੜਾਈ ਹੈ, ਇਹ ਮਿਹਨਤ ਕੁਛ ਆਵਾਮ ਦੀ ਲੜਾਈ ਹੈ। ਅਸੀਂ ਕਿਸਾਨਾਂ ਕਰਕੇ ਆ ਨਾ ਕਿ ਕਿਸਾਨ ਸਾਡੇ ਕਰਕੇ ਆ। ਸਾਰੇ ਪੰਜਾਬ ਦੇ ਵਿੱਚੋਂ ਪੂਰੇ ਦੇ ਵਿੱਚੋਂ ਜਿਹੜੇ ਕਲਾਕਾਰ ਸਾਥੀ ਇਕੱਠੇ ਹੋਏ ਆ, ਅੱਜ ਦਾ ਜਿਹੜਾ ਮੇਨ ਮਕਸਦ ਸੀਗਾ ਉਹ ਇਹ ਸੀਗਾ ਕਿ ਜਿਹੜੇ ਕਲਾਕਾਰ ਨੇ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਲੋਕਾਂ ਦੀ ਹਮਾਇਤ 'ਤੇ ਆਉਣ ਜਿਹੜੇ ਖਾਸ ਤੌਰ 'ਤੇ ਇਸ ਵੇਲੇ ਲੋਕਾਂ ਦੀ ਖਾਤਰ ਲੜ ਰਹੇ ਆ, ਸਾਡੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ। ਅਸੀਂ ਜੇ ਆਪਣੇ ਆਪ ਨੂੰ ਕਲਾਕਾਰ ਔਰ ਸਜਗ ਕਲਾਕਾਰ ਸਮਝਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਪਊਗੀ ਕਿ ਇਹ ਸੰਘਰਸ਼ ਜਿਹੜਾ ਇਹ ਇੱਕ ਲੰਬਾ ਸੰਘਰਸ਼ ਹੈ, ਚਿਰਾਂ ਤੋਂ ਲੜਿਆ ਜਾ ਰਿਹਾ, ਅਤੇ ਇਸ ਕਰਕੇ ਇੱਕ ਤਾਂ ਸਾਨੂੰ ਇਹਦੇ ਨਾਲ ਨਾ ਰੋਲ ਕਲੀਅਰ ਹੋ ਜਾਏਗਾ ਕਿ ਸਾਡਾ ਰੋਲ ਕੀ ਹੈ, ਕੀ ਪ੍ਰਾਇਮਰੀ ਰੋਲ ਸਾਡਾ ਹੈ ਕਿ ਜਾਂ ਸੈਕੰਡਰੀ ਰੋਲ ਹੈ। ਅਸੀਂ ਸਾਰੇ ਅਟੈਂਸ਼ਨ ਸੀਕਰਸ ਹਾਂ, ਸਾਨੂੰ ਸਪੋਟਲਾਈਟ ਨੂੰ ਆਪਦੇ ਉੱਤੇ ਲੈਣ ਦੀ ਆਦਤ ਆ, ਪਰ ਇੱਥੇ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਇੱਥੇ ਇਸ ਫਿਲਮ ਦਾ ਜਿਹੜਾ ਨੇਤਾ ਆ ਉਹ ਹੋਰ ਕੋਈ ਆ, ਇਹਦਾ ਨਿਰਮਾਤਾ ਹੋਰ ਕੋਈ ਆ ਜਿਹੜਾ ਇੰਨੇ ਦਹਾਕਿਆਂ ਤੋਂ ਤਿਆਰੀ ਕਰ ਰਿਹਾ, ਜਿਹਨਾਂ ਨੇ ਡਾਂਗਾਂ ਖਾਧੀਆਂ। ਅਤੇ ਅਸੀਂ ਜੇ ਇਹ ਮਨਜ਼ੂਰ ਕਰ ਲਈਏ ਇੱਥੇ ਕਿ ਭਾਈ ਅਸੀਂ ਪ੍ਰਾਇਮਰੀ ਕਾਸਟ ਨਹੀਂ ਹੈਗੇ, ਅਸੀਂ ਅਸਿਸਟੈਂਟ ਡਾਇਰੈਕਟਰ ਬਣ ਸਕਦੇ ਹਾਂ, ਸਹਿ ਅਦਾਕਾਰ ਬਣ ਸਕਦੇ ਹਾਂ, ਪਰ ਅਸੀਂ ਉਹਦੇ ਹੀਰੋ ਨਹੀਂ ਹਾਂ, ਅਤੇ ਮੈਨੂੰ ਲੱਗਦਾ ਕਿ ਫਿਰ ਇਹ ਜਿਹੜੀ ਲੜਾਈ ਆ ਉਹ ਲੰਬੀ ਲੜਨੀ ਆ। ਨਹੀਂ ਤਾਂ ਜਿਹੜਾ ਸਾਡਾ ਕੰਮ ਆ ਪ੍ਰਾਇਮਰੀ, ਉਹ ਕਲਾ ਬਣਾਉਣਾ ਆ, ਫਿਲਮਾਂ ਬਣਾਉਣਾ ਆ, ਗਾਉਣਾ ਆ, ਅਤੇ ਸਾਨੂੰ ਤਾਂ ਜਦੋਂ ਕੰਮ ਮਿਲੂਗਾ ਅਸੀਂ ਭੱਜਣਾ। ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਕਲਾ ਆਪਣੇ ਆਪ 'ਚ ਹੀ ਕੋਈ ਇੱਕ ਵੱਖਰਾ ਰੂਪ ਹੈਗੀ, ਇਹਦਾ ਸਿਆਸਤ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਪਰ ਅੱਜ ਦਾ ਜਿਹੜਾ ਸਮਾਂ ਹੈ ਔਰ ਹਿਸਟਰੀ ਨੂੰ ਜੇ ਤੁਸੀਂ ਧਿਆਨ ਨਾਲ ਸੋਚੋਗੇ ਤਾਂ ਕਲਾ ਆਪਣੇ ਆਪ ਦੇ ਵਿੱਚ ਕੋਈ ਮਤਲਬ ਬਹੁਤ ਵੱਡੇ ਕੋਈ ਮਾਇਨੇ ਨਹੀਂ ਰੱਖਦੀ ਜਿੰਨੀ ਦੇਰ ਤੱਕ ਉਹਦਾ ਸੰਬੰਧ ਇੱਕ ਜਾਂ ਗੂੜਾ ਰਿਸ਼ਤਾ ਸਿਆਸਤ ਨਾਲ ਨਹੀਂ ਬਣਦਾ। ਅਤੇ ਇਸ ਟਾਈਮ ਜਿਹੜੇ ਹਾਲਾਤ ਬਣੇ ਨੇ ਤਾਂ ਮੇਰਾ ਖਿਆਲ ਕਲਾ ਅਤੇ ਸਿਆਸਤ ਦਾ ਰਿਸ਼ਤਾ ਕੀ ਹੈ, ਉਹ ਲੜਨ ਵਾਲੇ ਲੋਕ ਸੜਕਾਂ 'ਤੇ ਨੇ, ਅਤੇ ਉਹ ਰਿਸ਼ਤਾ ਇਸ ਵੇਲੇ ਨਿਭਾਉਣ ਦੀ ਅਤੇ ਦਿਖਾਉਣ ਦੀ ਲੋੜ ਹੈਗੀ। ਇਸ ਕਰਕੇ ਸਾਰੇ ਇਕੱਠੇ ਹੋ ਗਏ। ਜੇ ਅਸੀਂ ਇੱਕ ਇਨਸਾਫ ਪਸੰਦ ਸਮਾਜ ਦੀ ਖਾਤਰ ਕੋਈ ਸੰਘਰਸ਼ ਕਰ ਰਹੇ ਹਾਂ ਆਪਣੀ ਕਲਾ ਦੇ ਰਾਹੀਂ, ਤਾਂ ਸਾਨੂੰ ਇਹ ਲੱਗਦਾ ਕਿ ਇਹ ਜਿਹੜਾ ਸੰਘਰਸ਼ ਹੈ ਇਹ ਵੀ ਨਿਆਂ ਲਈ, ਇਨਸਾਫ ਲਈ, ਇੱਕ ਬਰਾਬਰੀ ਭਰੇ ਸਮਾਜ ਲਈ, ਇੱਕ ਇਹੋ ਜਿਹਾ ਸਮਾਜ ਲਈ ਜਿੱਥੇ ਹਰ ਇੱਕ ਨੂੰ ਜੀਣ ਦਾ ਹੱਕ ਤਾਂ ਹੋਵੇ ਹੋਵੇ, ਉਹਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਹੋਣ ਅਤੇ ਉਹਨੂੰ ਆਪਣੇ ਕਿਰਤ ਦਾ ਮੁੱਲ ਮਿਲੇ ਜਿਹੜੀ ਕਿਰਤ ਉਹ ਕਰ ਰਿਹਾ। ਅਸੀਂ ਉਹੀ ਗੱਲ ਜਿਹੜੀ ਕੋਈ ਜਥੇਬੰਦੀ ਦਾ ਆਗੂ ਕਰ ਰਿਹਾ, ਹੋ ਸਕਦਾ ਉਹਨੂੰ ਜ਼ਿਆਦਾ ਸੰਵੇਦਨਸ਼ੀਲ ਹੋ ਕੇ, ਜ਼ਿਆਦਾ ਜਜ਼ਬਾਤੀ ਹੋ ਕੇ ਕਰੀਏ, ਪਰ ਸਾਨੂੰ ਆਪਣੇ ਆਪ 'ਤੇ ਇਹ ਕੰਟਰੋਲ ਜ਼ਰੂਰ ਰੱਖਣਾ ਪਏਗਾ ਕਿ ਜਜ਼ਬਾਤੀ ਹੁੰਦਿਆਂ ਹੋਇਆਂ ਅਸੀਂ ਕੋਈ ਇਹੋ ਜਿਹੀ ਹੱਦ ਨਾ ਲੰਘ ਦਈਏ ਜਿਹਦੇ ਨਾਲ ਅਸੀਂ ਉਸ ਮੂਵਮੈਂਟ ਦਾ ਨੁਕਸਾਨ ਕਰ ਦਈਏ, ਉਸ ਮੂਵਮੈਂਟ ਨੂੰ ਇੰਨਾ ਤੱਤਾਪਣ ਦੇ ਦਈਏ ਜਿਹਦੇ ਨਾਲ ਉਹ ਮੂਵਮੈਂਟ ਇਹੋ ਜਿਹਾ ਨੁਕਸਾਨ ਕਰਾ ਬੈਠੇ ਜਿਹੜਾ ਕਿ ਉੱਪਰ ਬੈਠੇ ਲੋਕ ਚਾਹੁੰਦੇ ਹੋਣਗੇ। ਇੱਕ ਜਿਹੜਾ ਮੇਨ ਸਟ੍ਰੀਮ ਕਲਾਕਾਰ ਆ, ਚਾਹੇ ਉਹ ਗਾਇਕ ਆ, ਚਾਹੇ ਉਹ ਫਿਲਮਾਂ, ਉਹਦੇ ਰਾਹੀਂ ਪਹਿਲਾਂ ਹੀ ਬਹੁਤ ਭ੍ਰਿਸ਼ਟ ਕਰ ਚੁੱਕੇ ਹਾਂ, ਬਹੁਤ ਜਲੂਸ ਕੱਢ ਚੁੱਕੇ ਹਾਂ, ਅਤੇ ਉਹ ਕਿਸਾਨ ਤਾਂ ਕਿਤੇ ਦਿੰਦੇ ਵੀ ਨਹੀਂ, ਪਰ ਸਾਡੀ ਇਹ ਹੁਣ ਜ਼ਿੰਮੇਵਾਰੀ ਬਣਦੀ ਕਿ ਅਸੀਂ ਧਰਨਿਆਂ 'ਚ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛੀਏ, ਅਸੀਂ ਉਹਨਾਂ ਦੇ ਮਗਰ ਖੜੀਏ। ਤਾਂ ਜਿਹੜਾ ਮੈਂ ਗਾਣਾ ਕੀਤਾ ਸੀਗਾ ਬੰਬੀਹਾ ਬੋਲੇ, ਉਹ ਇੱਕ ਪੰਜਾਬ ਦੀ ਇੱਕ ਤਰਾਸਦੀ 'ਚੋਂ ਹੀ ਨਿਕਲਿਆ ਸੀਗਾ। ਲੜਕੇ
ਲਾਗੇ ਨਾਭੇ ਲਾਗੇ ਟੋਲ ਸੀਗਾ, ਉੱਥੇ ਸਾਡੇ ਬਜ਼ੁਰਗ 80 ਸਾਲ ਦੇ ਬਾਪੂ ਜੀ ਸੀਗੇ, 70 ਸਾਲ ਦੇ ਕੁਛ ਬਜ਼ੁਰਗ ਸੀਗੇ ਜਿਹੜੇ ਥੱਲੇ ਲੰਮੇ ਪਏ ਸੁੱਤੇ ਸੀਗੇ ਟੋਲ ਦੇ ਵਿੱਚ, ਹੈ ਨਾ। ਮੈਂ ਇਹ ਸੋਚਦੀ ਹਾਂ ਸ਼ਰਮਨਾਕ ਗੱਲ ਹੈ ਸਾਡੇ ਪੰਜਾਬ ਵਾਸਤੇ ਕਿ ਅੱਜ ਸਾਡੇ ਬਜ਼ੁਰਗਾਂ ਨੂੰ ਇਸ ਉਮਰ ਦੇ ਵਿੱਚ ਇਹ ਸਭ ਕੁਛ ਫੇਸ ਕਰਨਾ ਪੈ ਰਿਹਾ ਆ। ਅਸੀਂ ਕੀ ਕਰ ਰਹੇ ਹਾਂ ਘਰ ਏਸੀ ਦੇ ਕਮਰਿਆਂ ਦੇ ਵਿੱਚ ਬੈਠ ਕੇ, ਉਹਨਾਂ ਦੀ ਬਦੌਲਤ ਅਸੀਂ ਸੁੱਖ ਦੀ ਰੋਟੀ ਖਾਂਦੇ ਹਾਂ ਘਰ ਬੈਠ ਕੇ। ਅੱਜ ਸਾਰਿਆਂ ਨੂੰ ਸਾਨੂੰ ਇੱਕ ਕਿਸਾਨ ਯੂਨੀਅਨ ਦੇ ਝੰਡੇ ਦੇ ਥੱਲੇ ਵਿਦਾਊਟ ਐਨੀ ਪੋਲੀਟੀਕਲ ਏਜੰਡਾ ਕਿਸੇ ਪੋਲੀਟੀਕਲ ਪਾਰਟੀ ਨੂੰ ਸਾਨੂੰ ਸਮਰਥਨ ਨਹੀਂ ਦੇਣਾ ਚਾਹੀਦਾ। ਸਾਨੂੰ ਪੋਲੀਟੀਕਲ ਪਾਰਟੀ ਬਾਈਕਾਟ ਕਰਨੀਆਂ ਚਾਹੀਦੀਆਂ ਨੇ। ਜੇ ਸਾਨੂੰ ਅੱਜ ਨਹੀਂ ਸਮਝ ਲੱਗੂਗੀ ਨਾ ਤਾਂ ਅੱਗੇ ਜਾ ਕੇ ਵੀ ਇਹ ਗੱਲ ਨਹੀਂ ਸਮਝ ਲੱਗੂਗੀ, ਕਿਉਂਕਿ ਇਹ ਸਾਰੇ 2022 ਦੀ ਇਲੈਕਸ਼ਨ ਦੀ ਤਿਆਰੀ ਕਰ ਰਹੇ ਨੇ, ਉੱਥੋਂ ਦੀ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਨੇ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਇਹ ਵਕਤ ਹੈ ਲੜਨ ਦਾ। ਇੱਥੇ ਸਿਰਫ ਇੱਕ 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 ਸਟੇਟ ਦੀ ਗੱਲ ਨਹੀਂ, ਇੱਕ ਸਿਰਫ ਪੰਜਾਬ ਦੀ ਗੱਲ ਨਹੀਂ ਗੀ, ਇੱਥੇ ਪੂਰੇ ਹਿੰਦੁਸਤਾਨ ਦੀ ਗੱਲ ਹੈ, ਇੱਥੇ ਇਨਸਾਨੀਅਤ ਦੀ ਗੱਲ ਹੈ। ਉਹਦੇ ਲਈ ਲੜੋ, ਉਹਦੇ ਲਈ ਖੜੋ। ਮੈਂ ਵੀ ਫਿਰ ਤੁਹਾਡੇ ਨਾਲ ਹਾਂ, ਮੈਂ ਪੰਜਾਬ ਦੇ ਨਾਲ ਹਾਂ, ਮੈਂ ਕਿਸਾਨ ਦੇ ਨਾਲ ਹਾਂ, ਮੈਂ ਹਿੰਦੁਸਤਾਨ ਦੇ ਨਾਲ ਹਾਂ, ਅਤੇ ਉਹਨਾਂ ਦੀ ਧੌਣ 'ਤੇ ਗੋਡਾ ਰੱਖ ਕੇ ਵੀ ਲੈ ਲਾਂਗੇ ਆਪਾਂ ਹੱਕ ਤੁਹਾਨੂੰ।